ਫਾਜ਼ਿਲਕਾ 'ਚ BSF ਦੀ 118 ਬਟਾਲੀਅਨ ਨੇ ਪੰਜਾਬ ਪੁਲਿਸ ਦੀ ਸਾਂਝੀ ਮੁਹਿੰਮ ਦੌਰਾਨ ਭਾਰਤ ਪਾਕਿਸਤਾਨ ਸੀਮਾ ਨੇੜੇ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ ਅਤੇ 4 ਵਿਅਕਤੀਆਂ ਦੇ ਖਿਲਾਫ਼ ਮਾਮਲਾ ਵੀ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ BSF ਤੇ ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ DRDO ਨਜ਼ਦੀਕ ਪਾਕਿਸਤਾਨ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ 'ਚੋਂ ਹੈਰੋਇਨ ਦੀ ਖੇਪ ਦਬਾਈ ਗਈ ਹੈ। ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਉੱਥੇ 4 ਪੈਕਟ ਹੈਰੋਇਨ, ਜਿਸ ਦਾ ਭਾਰ ਤਕਰੀਬਨ 2 ਕਿਲੋ ਤੱਕ ਬਣਦਾ ਹੈ ਅਤੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 10 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਪਾਕਿਸਤਾਨੀ ਸਿਮ ਵੀ ਬਰਾਮਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ BSF ਤੇ ਪੁਲਿਸ ਦੇ CIA ਵਿਭਾਗ ਵੱਲੋਂ 3 ਫਰਵਰੀ ਨੂੰ ਉਕਤ ਚੌਂਕੀ ਦੇ ਨਜ਼ਦੀਕ ਤੋਂ 7 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਉਹੀ ਚੌਂਕੀ ਦੇ ਨੇੜੇ ਦੁਬਾਰਾ ਹੈਰੋਇਨ ਬਰਾਮਦ ਹੋਈ ਹੈ। BSF ਅਤੇ ਸਾਡੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪਰੇਸ਼ਨ ਦੇ ਸਾਡੇ ਆਪਰੇਸ਼ਨ ਸਾਂਝਾ ਚੱਲਦਾ ਸੀ ਕਾਫੀ ਦਿਨਾਂ ਤੋਂ, ਅਤੇ ਸਾਂਝੇ ਆਪਰੇਸ਼ਨ ਦੇ ਦੌਰਾਨ ਸਾਨੂੰ ਕੱਲ੍ਹ ਕਾਮਯਾਬੀ ਮਿਲੀ ਹੈ। CO ਸਾਹਿਬ ਵੀ ਸਾਡੇ ਨਾਲ ਸੀਗੇ, ਡਿਪਾਰਟਮੈਂਟ ਵੀ ਸੀ ਇਹਨਾਂ ਦਾ, ਅਤੇ ਅਸੀਂ ਬਾਰਡਰ ਦੇ ਉੱਤੋਂ ਜਾ ਕੇ ਅਸੀਂ 2 ਕਿਲੋ ਦੇ ਕਰੀਬ 4 ਪੈਕਟ ਹੀਰੋਨ ਦੇ ਰਿਕਵਰ ਹੋਏ ਆ ਜੀ, ਅੱਧਾ ਅੱਧਾ ਕਿਲੋ ਦੇ 4 ਪੈਕਟ ਸੀਗੇ। ਅਤੇ ਅਸੀਂ ਇੱਕ ਬੰਦਾ ਹੰਸਾ ਸਿੰਘ ਨਾਂ ਦਾ ਜਿਹੜਾ ਬੰਦਾ ਜਿਹੜਾ ਹੈ ਉੱਥੇ ਇਹਦਾ ਪਰਲੇ ਪਾਸੇ ਜਾਂਦਾ ਜੀ, ਇਹਦਾ ਉੱਥੇ ਲੇਬਰ ਦਾ ਕੰਮ ਕਰਦਾ, ਇਹਨੇ ਮਤਲਬ ਉੱਥੋਂ ਕੱਢਣੀ ਸੀਗੀ। ਅਤੇ ਜਿਹੜੇ ਸਮੱਗਲਰ ਨੇ ਜੀ ਉਹ ਅਸੀਂ ਮਤਲਬ ਜਿਹੜੇ 3 ਸਮੱਗਲਰ ਨੇ ਜਿਨ੍ਹਾਂ ਦੇ 22 ਨੇਮ ਅਸੀਂ ਕੇਸ ਰਜਿਸਟਰ ਕੀਤਾ, ਜਿਹੜੇ ਭਗੌੜੇ ਆ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ 4 ਬੰਦਿਆਂ ਦੇ ਖਿਲਾਫ਼ ਅਸੀਂ ਮੁਕੱਦਮਾ ਦਰਜ ਕਰਕੇ 2 ਕਿਲੋ ਦੀ ਰਿਕਵਰੀ ਹੋਈ ਹੈ ਜੀ। ਅਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਸਾਨੂੰ ਐਂ ਵੀ ਹੋਰ ਅੱਗੇ ਵੀ ਕਾਫ਼ੀ ਇਹਨਾਂ ਤੋਂ ਕੁਛ ਮਿਲਣ ਦੀ ਆਸ। ਕੁਝ ਦਿਨ ਪਹਿਲਾਂ ਵੀ ਇੱਥੇ ਰਿਕਵਰੀ ਕੁਛ ਹੋਈ ਸੀ ਇਸੇ ਥਾਂ 'ਤੇ ਜੀ? ਇਹ ਹੋਈ ਸੀ ਜੀ, ਪਹਿਲਾਂ ਵੀ ਹੋਈ ਸੀ, 7 ਕਿਲੋ ਰਿਕਵਰੀ BSF ਨੇ ਕੀਤੀ ਹੈ ਜੀ। ਅਤੇ ਉਹ ਮਤਲਬ ਅਜੇ ਅਨਨੋਨ ਹੈ ਵੀ ਪਤਾ ਨਹੀਂ ਕੀਹਦੀ ਸੀਗੀ, ਉਹ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਬੰਦਿਆਂ ਦੀ ਲੱਭਣ ਦੀ, ਜਲਦੀ ਪਤਾ ਲਾ ਲਾਂਗੇ ਵੀ ਕੀਹਦੀ ਸੀਗੀ। ਇਹ ਸਰ ਲਗਾਤਾਰ ਨਸ਼ੇ ਦੀ ਖੇਪ ਬਾਰਡਰ ਤੋਂ ਬਰਾਮਦ ਹੋ ਰਹੀ ਹੈ, ਕਿਹੜੇ ਪਾਸੋਂ ਆ ਰਹੀ ਹੈ ਜੀ, ਕਿੱਧਰ ਜਾਣੀ? ਪਾਕਿਸਤਾਨ ਤੋਂ ਹੀ ਆਉਂਦੀ ਹੈ ਜੀ, ਪਾਕਿਸਤਾਨ ਤੋਂ ਬਾਰਡਰ ਹੀ ਹੈ, ਪਾਕਿਸਤਾਨ ਤੋਂ ਆਉਂਦੀ ਹੈ ਜੀ। ਬਾਕੀ BSF ਬੜੀ ਬੇਸ 'ਚ ਬੜੀ ਅਲਰਟ ਹੈਗੀ ਹੈ ਜੀ, BSF ਦੇ ਕਾਰਨ ਹੀ ਮਤਲਬ ਜਿਹੜੀ ਸਮੱਗਲਿੰਗ 'ਚ ਰੋਕਣ 'ਚ ਬੜਾ ਵੱਡਾ ਕੰਮ ਸਹਾਇਆ। ਕਿਹੜੀ ਪੋਸਟ ਤੋਂ ਬਰਾਮਦ ਹੋਈ? DRDO ਨਾਥ ਹੈ, ਇੰਨੀ ਪੋਸਟ ਹੈਗੀ ਉਹਦੇ ਨਾਲ ਨੇੜੇ, ਜਿਹੜੀ 0 ਲਾਈਨ ਆ ਉਹਦੇ ਨਾਲ ਉਹਨੇ ਪਾਸੇ ਕੰਮ ਕੀਤਾ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।